मैनू मैं डर गया तो छड़ दे लै फिर मैनू लगता जी इनू अंदर लेके जाने पौ चाह खेड तू गेम डिया धन्यवाद चली आ ਫਤੇ ਹੌਲੀ ਆ ਉਹ ਤੇਰੀ ਲੰਡੀ ਜੁਈ ਹੋਈ ਹੋਈ ਜੱਫੀ ਵਾਫੇ ਉਹਨੇ ਕੱਟ ਕੇ ਭਾ ਜੱਫੀ ਉਹ ਬੋਲਿਆ ਹੈਲੋ ਜੀ ਹਾਂਜੀ ਤੁਸੀਂ ਠੀਕ ਆ ਤੁਸੀਂ ਠੀਕ ਆ ਬਬਲ ਸੋਨੀ ਹਾਲ ਹਥਿਆਰ ਕੋਲ ਹੀ ਆਪਾਂ ਉਹਨਾਂ ਗਾਟੇ ਵੜਨੇ ਆਪਾਂ ਪੱਠਿਆਂ ਤੇਰਾ ਗਲਾ ਵੜਨੇ ਇੱਥੋਂ ਗਲਾ ਵੱਢਦਾ ਇੱਥੋਂ ਪੱਠੇ ਤਾਂ ਆਪਣੇ ਵੱਢੇ ਗਏ ਆ ਇੰਨੇ ਪੱਠੇ ਵੱਢਣੇ ਸੀਗੇ ਦੱਸੀ ਗੱਲ ਜੀ ਗੱਲ ਚੱਲ ਠੀਕ ਠਾਕ ਮੈਂ ਪਹੁ ਪਾਣੀ ਲੇਟ ਹੀ ਪੀਂਦੇ ਇਸ ਕਰਕੇ ਲੇਟ ਹੀ ਡਾਈਦਾ ਹੁਣ ਡਾਉਣ ਲੱਗਾ ਨਾ ਉਸ ਤੋਂ ਬਾਅਦ ਫਿਰ ਆਪਾਂ ਨਮਸਕਾਰ ਕਰਨ ਚੱਲ ਗਏ ਗੁਰੂ ਘਰ ਹੁਣ ਟਾਈਮ ਨਾਲ ਚੱਲ ਜੀਦਾ ਮੁੜ ਕੇ ਸ਼ਾਮ ਨੂੰ ਕਈ ਵਾਰੀ ਹਨੇਰਾ ਹੋ ਜਾਂਦਾ ਆ ਮੁੜ ਕੇ ਫਿਰ ਦੁਆਰ ਬੰਦ ਹੋ ਜਾਂਦੇ ਆ ਲੈ ਮਿੱਤਰੋ ਅੱਜ ਦੰਦ ਦਿਖਾਉਣ ਆਏ ਸੀਗੇ ਕੈਬ ਚਲਾਉਣੇ ਸੀਗੇ ਲੈਟ ਹੀ ਹੈ ਨਹੀਂ ਗਈ ਹੁਣ ਮੋੜ ਦਿੱਤਾ ਕਿ ਤੁਸੀਂ ਕੱਲ ਨੂੰ ਆਇਓ ਤਾਂ ਹੁਣ ਆਪਾਂ ਮਿੱਠੂ ਅੰਕਲ ਦੀ ਡੈਰੀ 'ਤੇ ਤਾਂ ਹੁਣ ਆ ਤੁਹਾਨੂੰ ਦੁੱਧ ਬਣਦਾ ਪਨੀਰ ਵੀ ਬਣਾਉਂਦੇ ਆ ਸਾਡੇ ਪਿੰਡ ਦੇ ਵਿੱਚ ਤੇ ਲੱਗੇ ਲੱਗੇ ਪਿੰਡਾਂ ਦੇ ਵਿੱਚ ਇੱਥੋਂ ਦੁੱਧ ਪਨੀਰ ਲੱਸੀ ਦਹੀਂ ਦੀ ਸਪਲਾਈ ਇਹੀ ਕਰਦੇ ਆ ਤੇ ਤਾਜ਼ਾ ਬਣਾਉਂਦੇ ਸਾਰਾ ਰੋਜ਼ ਹੀ ਆ ਸਾਰਾ ਨਕਲੀ ਦੁੱਧ ਆ ਬੰਦਾ ਬਣਾਉਂਦਾ ਆ ਦੇਸੀ ਕੇ ਆ ਘਰੇ ਆਉਂਦਿਆਂ ਨੂੰ ਕਿਵੇਂ ਚੌਂਕੇ ਦੇ ਮੋਢੇ ਲੱਗ ਕੇ ਬੈਠਾ ਪਤਾ ਰੋਟੀ ਪੱਕ ਰਹੀ ਹੈ ਅਤੇ ਗਰਮ ਗਰਮ ਰੋਟੀ ਖਾਊਂਗਾ ਮੈਂ ਅਤਰ ਬੁਗਾ ਲੈ ਲੈ ਦੱਸ ਇੱਦਾਂ ਕਰਾਂ ਤੈਨੂੰ ਮੈਂ ਇੱਦਾਂ ਕਰਾਂ ਇੱਦਾਂ ਇਹ ਕਰ ਦੇਣਾ ਆ ਸਾਡੇ ਪਿੰਡ ਹੋਸਪਿਟਲ ਦੇ ਮੂਹਰੇ ਹੈ ਨਾ ਟਿੱਪਰ ਵਾਲੇ ਨੇ ਦਰਖਤ ਦੇ ਵਿੱਚ ਮਾਰਿਆ ਜਦੋਂ ਦਰਖਤ ਉਹਦੇ ਉੱਤੇ ਡੈ ਪਿਆ ਉਹਦਾ ਬਚਾਅ ਹੋ ਗਿਆ ਟਿੱਪਰ ਵਾਲੇ ਦਾ ਵੀ ਨੁਕਸਾਨ ਨਹੀਂ ਹੋਇਆ ਪਰ ਟਿੱਪਰ ਬੜੇ ਬੜੇ ਆ ਨਾ ਉੱਚੇ ਵੀ ਕਾਫੀ ਆ ਦਰਖਤਾਂ ਦੇ ਵਿੱਚ ਵੱਜਦੇ ਆ ਥੋੜਾ ਸਾਈਡ ਤੋਂ ਹੋ ਕੇ ਨਿਕਲ ਆਉਂਦਾ ਠੀਕ ਆ ਨਾ ਇਹਦਾ ਕਰਕੇ ਰਸ਼ ਵੀ ਬਹੁਤ ਲੰਬਾ ਦੂਰ ਤੱਕ ਲੱਗਾ ਹੋਇਆ ਆ ਨਾ ਅੱਧਾ ਪੌਣਾ ਘੰਟਾ ਇੱਥੇ ਜਾਮ ਲੱਗਾ ਰਿਹਾ ਤਾਂ ਕਰਕੇ ਪਿੱਛੇ ਦੀ ਪਿੱਛੇ ਦੀ ਰਸ਼ ਚੰਗਾ ਹੀ ਪੈ ਗਿਆ ਬਹੁਤ ਦੂਰ ਤੱਕ ਟਰੇਟਰ ਟਰਾਲੀਆਂ ਟਰੱਕ ਗੱਡੀਆਂ ਖੜ੍ਹੇ ਆ ਜਿਹੜੇ ਲੋਕਲ ਆ ਉਹਨਾਂ ਨੂੰ ਤਾਂ ਪਤਾ ਗਲੀਆਂ ਥਣੀਆਂ ਹੋ ਕੇ ਨਿਕਲ ਜਾ ਰਿਹਾ ਪਰ ਜਿਹਨਾਂ ਨੂੰ ਨਹੀਂ ਪਤਾ ਉਹ ਕਈ ਵਾਪਸ ਮੁੜੀ ਜਾ ਰਹੇ ਆ ਇਹ ਵਿਚਾਰੇ ਖੜੇ ਆ ਪੀਲਾ ਚਾਹ ਤੇਰੀ ਚਾਹ ਘੰਟੇ ਤੋਂ ਆ ਜਿੱਥੇ ਗੱਡੀ ਖੜੀ ਹੁੰਦੀ ਉੱਥੇ ਚੂਹੇ ਵੀ ਕਾਫੀ ਘੁੰਮਦੇ ਸੱਪ ਸੁੱਪ ਵੀ ਕਾਫੀ ਘੁੰਮਦੇ ਆ ਤੇ ਜਾਲੀ ਲੱਗੀ ਹੋਊ ਤਾਂ ਗੱਡੀ ਦੇ ਵਿੱਚ ਕੋਈ ਡਰ ਨਾ ਹੋਊਗਾ ਕਿਸੇ ਚੀਜ਼ ਦੇ ਆਉਣ ਦਾ ਹਨਾ ਆਪਣੇ ਬਈ ਘਰੇ ਖੁਦੇ ਆਏ ਸੀ ਪੱਠਿਆਂ ਨੇ ਵੱਢਣ ਲੱਗੇ ਨਾਲ ਹੀ ਰੌਣਕਾਂ ਵੀ ਤੁਰੀਆਂ ਆਉਂਦੀਆਂ ਇਹਨੂੰ ਮੈਨੂੰ ਵੇਖ ਕੇ ਭੱਜੀਆਂ ਆਉਂਦੀਆਂ ਕਿਆ ਪਤਾ ਦਿਲ ਆਈ ਰੱਖਦੀਆਂ ਇਹ ਵੀ ਰੌਣਕਾਂ ਆਲ ਵਰਲਡ ਦੀਆਂ ਸ਼ਰਾਰਤਾਂ ਇਹ ਕਰਦੇ ਸਾਰੀਆਂ ਕਿਹੜਾ ਦੌੜ ਕੇ ਆਉਂਦਾ ਪਹਿਲਾਂ ਹੈਂ ਫਤਿਹ ਹੌਲੀ ਆ ਉਹ ਤੇਰੀ ਲੰਡੀ ਜੁਈ ਹੋਈ ਹੋਈ ਉਈ ਉਈ ਜੱਫੀ ਵਾਫੇ ਉਹਨੇ ਕੱਟ ਕੇ ਭਾ ਜੱਫੀ ਉਹ ਬੋਲਿਆ ਉਹ ਤੇਰੀ ਉਹ ਬਸ ਇੰਨਾ ਕੁ ਜਾਣਿਆ ਕੱਟ ਕੇ ਪਾ ਯਾਰ ਮਿੱਠੀ ਵੀ ਕਰਨੀ ਆ ਫਿਰ ਮਿੱਠੀ ਵੀ ਕਰਨੀ ਆ ਨਾ ਕਰਨੀ ਆ ਤੈਨੂੰ ਫਾ ਲਿਆ ਚਲ ਅਜੇ ਗੱਲ ਦੇਖ ਤੂਗੇ ਹੈਲੋ ਜੀ ਤੁਸੀਂ ਠੀਕ ਆ ਕਿਸ ਕਰਦੇ ਫਿਰ ਇੱਦਾਂ ਨੀ ਫਲੈਂਕ ਕਿਸ ਦੂਜੀ ਹੱਥ ਵਾਲੀ ਕਾਲੇ ਜਿਹੇ ਹੋਣੇ ਆ ਇੱਧਰੋਂ ਸਹੀ ਆਉਂਦੇ ਉੱਧਰੋਂ ਆਪਾਂ ਕਾਲੇ ਜਿਹੇ ਹੋਣੇ ਆ ਕਾਲੇ ਜਿਹੇ ਹੋਣੇ ਉੱਧਰੋਂ ਤੈਨੂੰ ਮੈਂ ਛੱਡ ਦਵਾਂ ਥੱਲੇ ਛੱਡ ਦਵਾਂ ਛੱਡ ਦਵਾਂ ਛੱਡ ਦਵਾਂ
बोले सो निहाल जनसा नहीं हट दिया ये देख ला हौली हौली एन तुरे आना मामा हीर दिया इधर तुम की करोगे दस इधरों फोटो मेरी बड़ी काली जी आ रही है भाई हाँ इधरों सही है ना आगे पट्ठे पट्ठे चलिए पट्ठे पट्ठे कि दूर जाने लग गई है ना मेरा स्टैंड भी हिली जाता ढला ही आम हो गया यदा यह भी लैना पैना तेरी किधर घुमा तू कि तुरी जाना वे आ जा हथियार कोल ही आप गाटे बढ़ने आप पट्ठिया भी हले जाके दो तीन ढेरिया बढ़िया थी पट्ठिया दया जोड़ी मेरे मगर मगर ही आ गई कौन आ गया ये कौन आ गया मेरे वीर है तेरी गोली मारनी मैं आ चक ए डिश क्यों तेरा गला बढ़ देना ना तेरा गला बढ़ देना तेरा गला बढ़ देना तेरा इतों गला बढ़ देना इतों खबगी गड्डी खबगी गड्डी लो जी पट्ठे तो अपने बढ़े गए इन्ने पट्ठे बढ़ने थे बस हम पली ले आईए पली मैं पहले लेके नहीं आने चकने फिर अभी हम काम कुम खत्म करके चाह का गिलास चक्या आया तो नाली फोन आ गया फिर काम का पिंड माड़ा जहा काम आ गया उत्थे चले हैं ਲੈ ਵੀ ਮਿੱਤਰੋ ਆਲ ਵਰਲਡ ਦੀ ਸਕੀਮਾਂ ਲਾ ਕੇ ਆਪਾਂ ਲੰਗਰ 'ਚੋਂ ਕਿਲੋ ਭੁਜੀਆ ਇਕੱਠਾ ਕਰ ਲਿਆ ਹੁਣ ਘਰੇ ਜਾ ਕੇ ਕਹਾਂਗੇ ਆਪਣੀ ਬੜੀ ਬਹੁਤ ਆਪਾਂ ਨੂੰ ਵਾਧੂ ਦਿੱਤਾ ਲਓ ਜੀ ਆਲ ਵਰਲਡ ਦੀਆਂ ਖੁਫੀਆ ਏਜੰਸੀਆਂ ਪੈ ਗਈਆਂ ਸਾਨੂੰ ਲਿਫਾਫਿਆਂ ਨੂੰ ਪੈ ਗਿਆ ਉਹਨਾਂ ਨੂੰ ਪਤਾ ਲੱਗ ਜਾਂਦਾ ਆ ਸੂਈਏ ਬਹੁਤ ਤਕੜੇ ਖਾਣ ਵਾਲੀਆਂ ਚੀਜ਼ਾਂ ਆ ਗਈਆਂ ਲਓ ਜੀ ਹੁਣ ਮਿੱਠੇ ਪਿਆਰੇ ਹੋ ਰਹੇ ਨੇ ਹੁਣ ਸਾਡੇ ਮੂਹਰੇ ਚਮਚੇ ਬਣ ਰਹੇ ਨੇ ਬਈ ਸਾਨੂੰ ਖਾਣ ਨੂੰ ਦਿੱਤਾ ਜਾਊਗਾ ਲਓ ਮਿੱਤਰਾ ਦਿੱਤਾ ਜਾਊਗਾ ਪਰ ਤੁਹਾਨੂੰ ਉਹ ਲੈ ਫੇ ਕਹਿੰਦਾ ਮੈਂ ਇੱਦਾਂ ਤਾਂ ਧੱਕਾ ਚੱਲਦਾ ਵੀਰੇ ਛੱਡ ਦੇ ਮੈਨੂੰ ਮੈਂ ਡਰ ਗਿਆ ਤੇ ਤੋ ਛੱਡ ਦੇ ਲੈ ਫਿਰ ਮੈਨੂੰ ਲੱਗਦਾ ਜੀ ਇਹਨੂੰ ਅੰਦਰ ਲੈ ਕੇ ਜਾਣਾ ਪਊਗਾ ਜਿਹਦੇ ਕਰਕੇ ਇੰਨੀ ਖਿੱਚਾ ਤੁਸੀਂ ਹੋ ਰਹੀ ਹੈ ਮੇਰੀ ਆਲ ਵਰਲਡ ਦੀ ਠੰਡ ਪੈ ਚੁੱਕੀ ਹੈ ਇੱਥੇ ਕਿਉਂ ਬਈ ਆ ਤੂੰ ਕੀ ਬਾਤ ਠੰਡ ਬਹੁਤ ਹੀ ਹੈ ਭਾਈ